ਕੋਰੋਨਾ ਮਹਾਮਾਰੀ ਦੇ ਚਲਦੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਬੱਸ ਚਾਲਕਾਂ ਤੇ ਆਟੋ ਚਾਲਕਾਂ ਦੇ ਨਾਲ ਮੀਟਿੰਗ ਕਰ ਕੋਰੋਨਾ ਦੀ ਨਵੀਂ ਹਦਾਇਤ ਸੰਬੰਧੀ ਸੁਚੇਤ ਕਰਦਿਆਂ ਅੰਮ੍ਰਿਤਸਰ ਪੁਲਿਸ ਦੇ DCP PS ਬਡਿਆਲਾ ਨੇ ਦੱਸਿਆ ਕਿ ਜਿਵੇਂ ਜਿਵੇਂ ਕੋਰੋਨਾ ਮਹਾਮਾਰੀ ਆਪਣੇ ਪੈਰ ਪਸਾ ਰਹੀ ਹੈ ਉਸੇ ਤਰ੍ਹਾਂ ਪ੍ਰਸ਼ਾਸਨ ਨੂੰ ਸਖ਼ਤੀ ਕਰਨੀ ਪੈ ਰਹੀ ਹੈ ਜਿਸ ਦੇ ਚਲਦਿਆਂ ਅੱਜ ਅੰਮ੍ਰਿਤਸਰ ਦੇ ਬੱਸ ਚਾਲਕਾਂ ਅਤੇ ਆਟੋ ਚਾਲਕਾਂ ਦੇ ਨਾਲ ਮੀਟਿੰਗ ਕਰ ਉਹਨਾਂ ਨੂੰ ਹਦਾਇਤ ਜਾਰੀ ਕਰਦਿਆਂ ਇਹ ਆਦੇਸ਼ ਜਾਰੀ ਕੀਤੇ ਹਨ ਜੇਕਰ ਉਹਨਾਂ ਵੱਲੋਂ ਬੱਸਾਂ ਵਿੱਚ ਲੋੜ ਤੋਂ ਵੱਧ ਸਵਾਰੀਆਂ ਬਿਠਾਈਆਂ ਤਾਂ ਉਹਨਾਂ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਆਟੋ ਚਾਲਕਾਂ ਨੂੰ ਸਿਰਫ਼ 2 ਸਵਾਰੀਆਂ ਅਤੇ ਮਾਸਕ ਪਾਉਣ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਦੇ ਆਲੇ ਦੁਆਲੇ ਲੋਕਾਂ ਨੂੰ ਕੋਰੋਨਾ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਸੰਬੰਧੀ ਬੋਰਡ ਲਗਾਏ ਜਾਣਗੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਹਦਾਇਤਾਂ ਦੀ ਪਾਲਣਾ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ ਅੱਜ ਅਸੀਂ ਬੱਸ ਸਟੈਂਡ ਦੇ ਉੱਤੇ ਜਿਹੜੇ ਆ ਇੱਥੇ ਦੇ GM ਬੱਸ ਸਟੈਂਡ ਦੇ ਔਰ ਜਿਹੜੀਆਂ ਪ੍ਰਾਈਵੇਟ ਬੱਸਾਂ ਉਹਨਾਂ ਦੇ ਹੈੱਡ ਨੂੰ ਬੁਲਾ ਕੇ ਅੱਜ ਇੱਕ ਮੀਟਿੰਗ ਕੀਤੀ ਆ ਜੋ ਸਾਡੀ ਗਵਰਨਮੈਂਟ ਦੀ ਗਾਈਡਲਾਈਨ ਮੁਤਾਬਕ ਜਿਵੇਂ 50% ਜਿਹੜੀਆਂ ਸਵਾਰੀਆਂ ਵਿੱਚ ਬੈਠਣਗੀਆਂ ਉਹ ਹੀ ਅੱਜ ਇਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਔਰ ਅਸੀਂ ਖੁਦ ਆਪ ਚੈੱਕ ਵੀ ਕੀਤੀਆਂ ਬੱਸਾਂ ਕਈਆਂ ਬੱਸਾਂ ਦੇ ਵਿੱਚ ਜਿੱਥੇ ਵੱਧ ਸੀ ਇਹਨਾਂ ਨੂੰ ਦੱਸ ਦਿੱਤਾ ਅਗਰ ਇੱਦਾਂ ਦੇ ਜ਼ਿਆਦਾ ਬੈਠੋਗੇ ਤਾਂ ਅਸੀਂ ਉਹਨਾਂ ਦੇ ਉੱਤੇ ਜਿਹੜੀ ਆ ਸਖ਼ਤ ਨਾਲ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਇਹ ਵੀ ਹਦਾਇਤ ਕੀਤੀ ਆ ਕਿ ਪੂਰੇ ਬੱਸ ਸਟੈਂਡ ਦੇ ਆਲੇ ਦੁਆਲੇ ਸਾਰੇ ਪਾਸੇ ਜਿਹੜੀਆਂ ਉਹ ਆਪਣੀਆਂ ਸਾਰੇ ਪੁਆਇੰਟ ਲਿਖਣਗੇ ਵੀ ਜਿਹੜੇ ਇਹਦੇ 'ਚ ਕਿੰਨੇ ਪਰਸੈਂਟ ਬੱਸਾਂ 'ਚ ਬੰਦੇ ਬੈਠਣਗੇ ਔਰ ਮਾਸਕ ਪਾਉਣਾ ਇਹ ਸਾਰੀ ਗਾਈਡਲਾਈਨ ਜਿਹੜੀ ਆ ਅਸੀਂ ਇਹ ਸਾਰੇ ਇਹਨਾਂ ਦੇ ਬੋਰਡ ਵਗੈਰਾ ਬਣਾ ਕੇ ਇੱਥੇ ਲਾ ਰਹੇ ਹਾਂ ਔਰ ਅੱਜ ਇਹਨਾਂ ਨੂੰ ਮੀਟਿੰਗ ਕੀਤੀ ਆ ਇਸੇ ਤਰ੍ਹਾਂ ਹੀ ਸੈਕਿੰਡ ਮੀਟਿੰਗ ਸਾਡੀ ਜਿਹੜੀ ਬਾਹਰਲੇ ਬੰਦੇ ਸੀਗੀ ਜਿਹੜੇ ਆਟੋ ਵਗੈਰਾ ਚੱਲਦੇ ਆ ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੂੰ ਵੀ ਦੱਸਤਾ ਵੀ ਸਿਰਫ 2 ਹੀ ਸਵਾਰੀਆਂ ਲੈ ਕੇ ਜਾਣਗੇ ਔਰ ਜਿਹੜਾ ਆਟੋ ਚਾਲਕ ਆ ਉਹਦੇ ਵੀ ਅਤੇ ਸਵਾਰੀਆਂ ਦੇ ਵੀ ਜਿਹੜਾ ਮਾਸਕ ਪਾਇਆ ਹੋਵੇ ਜੇ ਇਸ ਤੋਂ ਵੱਧ ਕੁਝ ਹੁੰਦਾ ਤਾਂ ਅਸੀਂ ਉਹਦੇ ਪੂਰੀ ਸਖਤੀ ਨਾਲ ਕਾਰਵਾਈ ਕਰਾਂਗੇ ਜੋ ਵੀ ਉਹਨਾਂ ਦੇ ਚਲਾਨ ਵਗੈਰਾ ਉਹ ਕਰਾਂਗੇ ਸਰ ਰਾਤ ਨੂੰ 8 ਵਜੇ ਤੋਂ ਬਾਅਦ ਆਟੋ ਚਾਲਕ ਬੱਸ ਸਟੈਂਡ ਤੋਂ ਸਟੇਸ਼ਨ ਤੇ ਬਹੁਤ ਜ਼ਿਆਦਾ ਖਲੋਤੇ ਹੁੰਦੇ ਨੇ ਜਿਵੇਂ ਕਿ ਬਾਰਦਰ ਦਾ ਅੰਜਾਮ ਦਿੰਦੇ ਨੇ ਜਿੱਦਾਂ ਕਿ ਪਿਛਲੇ ਦਿਨੀ 2 ਦਿਨ ਪਹਿਲੇ ਸੈਲੀਬ੍ਰੇਸ਼ਨ ਮੋਲ ਦੇ ਕੋਲ ਹੋਇਆ ਦੇਖੋ 8 ਵਜੇ ਕਰਫਿਊ ਲੱਗ ਜਾਂਦਾ ਆ ਇਹ ਜਿਹੜੀ ਤੁਸੀਂ ਗੱਲ ਦੱਸੀ ਅਸੀਂ ਅੱਜ ਹੀ ਚੈੱਕ ਮੈਂ ਕਰਵਾ ਲੈਣਾ ਕੋਈ ਵੀ ਜਿਹੜਾ 8 ਵਜੇ ਤੋਂ ਬਾਅਦ ਬੱਸਾਂ ਤਾਂ ਠੀਕ ਆ ਜਿਹੜੀਆਂ ਬਾਹਰਲੀਆਂ ਜਗ੍ਹਾ ਤੋਂ ਬਾਹਰਲੀਆਂ ਸਟੇਟਾਂ ਤੋਂ ਆਉਂਦੀਆਂ ਆ ਰਹੀਆਂ ਲੇਕਿਨ ਜਿਹੜੇ ਆਟੋ ਵਗੈਰਾ ਜਾਂ ਜਿਹੜੇ ਹੋਰ ਇੱਥੇ ਦੇ ਚਾਲਕ ਬਾਹਰ ਘੁੰਮ ਰਹੇ ਆ ਉਹ ਬਿਲਕੁਲ ਬੰਦ ਹੋਣਗੇ ਇੱਥੇ ਅਸੀਂ ਪੂਰੀ ਸਖਤੀ ਨਾਲ ਕਾਰਵਾਈ ਕਰਾਂਗੇ